ਮਾਹਲਪੁਰ ਗੜਸ਼ੰਕਰ ਰੋਡ ਤੇ ਪਿੰਡ ਦੁਲਰੋਂ ਦੇ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸਕੂਟਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ PITC ਦੀ ਬੱਸ ਤੇ ਸਕੂਟਰ ਦੀ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਕੂਟਰ ਸਵਾਰ ਬੱਸ ਨਾਲ ਟਕਰਾ ਕੇ 15 ਫੁੱਟ ਦੂਰ ਜਾ ਡਿੱਗੇ। ਹਾਦਸੇ ਦੌਰਾਨ ਸਕੂਟਰ ਬੱਸ ਦੇ ਹੇਠਾਂ ਬੁਰੀ ਤਰ੍ਹਾਂ ਦਰੜਿਆ ਗਿਆ, ਜਦਕਿ ਬੱਸ ਬੇਕਾਬੂ ਹੋ ਕੇ ਖਤਾਨਾਂ ਵਿੱਚ ਜਾ ਡਿੱਗੀ। ਬੱਸ ਵਿੱਚ 30 ਦੇ ਕਰੀਬ ਸਵਾਰੀਆਂ ਸਨ, ਜਿਨ੍ਹਾਂ ਵਿੱਚੋਂ 10 ਸਵਾਰੀਆਂ ਜ਼ਖਮੀ ਹੋ ਗਈਆਂ। ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਬੱਸ ਚਾਲਕ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਤੋਂ ਪਠਾਨਕੋਟ ਬੱਸ ਜਾ ਰਹੀ ਸੀਗੀ ਲੈਫਟ ਰੋਡਵੇਜ਼ ਦੀ। ਉਹ ਜਦੋਂ ਦੋਨੋਂ ਦੇ ਕੋਲ ਨੇੜੇ ਆਈ ਤਾਂ ਸਾਹਮਣੇ ਪੈਟਰੋਲ ਪੰਪ ਨੂੰ ਮੁੰਡੇ ਦੋ ਸੀਗੇ ਸਕੂਟਰ 'ਤੇ, ਉਹ ਮੁੜ ਗਏ ਅਚਾਨਕ ਅਤੇ ਬੱਸ ਵਾਲੇ ਨੇ ਬਹੁਤ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬੇਕਾਬੂ ਹੋ ਕੇ ਐਕਸੀਡੈਂਟ ਹੋ ਗਿਆ ਜੀ। ਦੋਨੇ ਮੁੰਡੇ ਸੀਗੇ ਸਰ, ਨਹੀਂ ਅਜੇ ਕੋਈ ਪਤਾ ਨਹੀਂ ਲੱਗਾ ਜੀ। ਸਵਾਰੀਆਂ ਇੱਕ ਤਾਂ ਸੱਟ ਲੱਗੀ ਆ ਜੀ, ਕਹਿੰਦੇ ਬਾਕੀ ਤਾਂ ਠੀਕ ਆ ਸਾਰੇ ਜਾਣੇ, 30-32 ਸਵਾਰੀਆਂ ਸੀਗੀਆਂ। ਨਹੀਂ, ਡਰਾਈਵਰ ਨੂੰ ਅਸੀਂ ਕਾਬੂ ਕਰ ਲਿਆ ਜੀ। ਅਸੀਂ ਤੋਂ ਆ ਰਹੇ ਸੀਗੇ, ਬੱਸ ਆ ਰਹੇ ਸੀ, ਜਿਹੜੇ ਮੋਟਰਸਾਈਕਲ 'ਤੇ ਦੋ ਬੰਦੇ ਸੀਗੇ, ਮੂਹਰੇ ਗੱਡੀ ਆਈ, ਗੱਡੀ ਕ੍ਰੋਸ ਕਰਕੇ ਪੈਟਰੋਲ ਪੰਪ ਨੂੰ ਵੜ ਰਹੇ ਸੀ ਅਤੇ ਸਾਡੀ ਡਰਾਈਵਰ ਨੇ ਬੱਸ ਵਾਲੇ ਨੇ ਬਹੁਤ ਪਿੱਛੋਂ ਬ੍ਰੇਕਾਂ ਮਾਰੀਆਂ ਤਕਰੀਬਨ, ਅਤੇ ਉਹ ਬ੍ਰੇਕ ਮਾਰਦੇ ਬੱਸ ਵੀ ਸਾਡੀ ਤਕਰੀਬਨ ਆਪਣੇ ਹਫ਼ਤੇ 'ਚ ਹੀ ਉਲਟ ਗਈ। ਉਹਨਾਂ ਨੂੰ ਬਚਾਉਂਦੇ ਉਹ ਵਿੱਚ ਆ ਕੇ ਵੱਜ ਗਏ ਆਪਣੀ ਉਲਟੀ ਸਾਈਡ ਤੋਂ। ਅਤੇ ਜ਼ਿਆਦਾ ਤੇਜ਼ ਨਹੀਂ, ਨੋਰਮਲ ਜਿੱਦਾਂ ਚੱਲਦੀ ਹੈ ਉੱਥੇ ਦੇ ਕਰੀਬ ਕਰੀਬ ਸਵਾਰੀਆਂ ਸੀਗੀਆਂ ਅਤੇ ਬੱਸ ਉਲਟਣ ਨਾਲ ਮਾੜੀ ਮੋਟੀਆਂ ਦੋ ਚਾਰ ਦੇ ਜਿਹੜੀਆਂ ਸੱਟਾਂ ਲੱਗੀਆਂ, ਬਾਕੀ ਸਾਰੀਆਂ ਸਵਾਰੀਆਂ ਜਿਹੜੀਆਂ ਬਚ ਗਈਆਂ।